ਪਿਛਲੇ 3 ਦਿਨਾਂ ਤੋਂ ਜਗਤਪੁਰ ਟਾਂਡਾ ਤੁਸੀ ਬਨ ਵਿੱਚ ਪਏ ਵੱਡੇ ਪਾੜ ਨੂੰ ਭਰਨ ਦੇ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਆਮ ਜਿਹੜੇ ਨੌਜਵਾਨ ਨੇ ਸਮਾਜਿਕ ਸੰਸਥਾਵਾਂ ਦੇ ਨੌਜਵਾਨ ਨੇ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਨੇ ਤਾਂ ਜੋ ਇਸ ਬਨ ਨੂੰ ਪੂਰਿਆ ਜਾ ਸਕੇ ਕਿਉਂਕਿ ਇਸ ਬਨ ਦੇ ਜਰੀਏ ਹੀ ਜਿਹੜਾ ਪਾਣੀ ਆ ਉਹ ਲੋਕਾਂ ਦੇ ਪਿੰਡਾਂ ਦੇ ਅੰਦਰ ਦਾਖਲ ਹੋਇਆ ਸੀ 50 ਤੋਂ ਵੱਧ ਜਿਹੜੇ ਪਿੰਡ ਨੇ ਉਹ ਪ੍ਰਭਾਵਿਤ ਹੋ ਚੁੱਕੇ ਸੀ ਲੇਕਿਨ ਹੁਣ ਨੌਜਵਾਨਾਂ ਦੇ ਵੱਲੋਂ ਪਹਿਲ ਕਦਮੀ ਕਰਦੇ ਆ ਇਸ ਬਨ ਨੂੰ ਪੂਰਨ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਇਸ ਵਕਤ ਅਸੀਂ ਐਨਡੀਆਰਐਫ ਦੀ ਟੀਮ ਦੇ ਨਾਲ ਇਸ ਇਲਾਕੇ ਦਾ ਜਿਹ ਕਰ ਰਹੇ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜਾ ਡੂੰਘਾਈ ਦੀ ਗੱਲ ਕੀਤੀ ਜਾਵੇ ਤਾਂ ਇਸ ਡੂੰਘਾਈ ਦੇ ਵਿੱਚ ਜਿਹੜਾ ਪਾੜ ਹੈਗਾ ਵਾ 15-15 ਫੁੱਟ ਡੂੰਘਾ ਪਾੜ ਜਿਹੜਾ ਵਾ ਪੈ ਗਿਆ ਸੀ ਤੇ ਹੁਣ ਲਗਾਤਾਰ ਐਂਡੀਆਰਐਫ ਦੀਆਂ ਟੀਮਾਂ ਐਸਡੀਆਰਐਫ ਦੀਆਂ ਟੀਮਾਂ ਜਿਹੜੀਆਂ ਹੈਗੀਆਂ ਨੇ ਲਗਾਤਾਰ ਲੋਕਾਂ ਦਾ ਰੈਸਕਿਊ ਵੀ ਕਰਦੀਆਂ ਹੋਈ ਨਜ਼ਰ ਆ ਰਹੀਆਂ ਸਨ ਜਿਹੜੇ ਲੋਕ ਪਾਣੀ ਦੇ ਵਿੱਚ ਫਸੇ ਹੋਏ ਸਨ ਉਹਨਾਂ ਨੂੰ ਕੱਢਣ ਦੀ ਜਿਹੜੀ ਕੋਸ਼ਿਸ਼ ਵਾ ਉਹ ਕੀਤੀ ਜਾ ਰਹੀ ਹੈ ਤਾਂ ਹੁਣ ਫਿਲਹਾਲ ਪਾਣੀ ਨੂੰ ਰੋਕਣ ਦੇ ਲਈ ਕਿਉਂਕਿ ਬਿਆਸ ਦਰਾ ਦਾ ਪਾਣੀ ਜਿਹੜਾ ਸੀ ਲੋਕਾਂ ਦੇ ਪਿੰਡਾਂ ਤੱਕ ਪਹੁੰਚਿਆ ਸੀ ਇਸ ਦਰਿਆ ਦੇ ਪਾਣੀ ਨੂੰ ਰੋ ਵੇਤਾ ਜਿਹੜੇ ਲੋਕਾਂ ਨੂੰ ਜਿਹੜੀ ਆ ਰਾਹਤ ਜਿਹੜੀ ਆ ਉਹ ਮਿਲ ਸਕੇ ਤੇ ਇਸ ਬੰਨ ਨੂੰ ਪੂਰਨ ਦੇ ਲਈ ਦੋਨੋਂ ਤਰਫ ਤੋਂ ਨੌਜਵਾਨਾਂ ਦੀਆਂ ਜਿਹੜੀਆਂ ਟੀਮਾਂ ਨੇ ਉਹ ਲੱਗੀਆਂ ਹੋਈਆਂ ਨੇ ਕਿਉਂਕਿ ਇਹ ਜਿਹੜਾ ਪਾੜ ਸੀਗਾ ਦੱਸਿਆ ਜਾ ਰਿਹਾ ਸੀਗਾ 3 ਫੁੱਟ ਦਾ ਪਾੜ ਜਿਹੜਾ ਸੀ ਇਸ ਵਿੱਚ ਪੈ ਗਿਆ ਸੀ ਤੇ ਇਸ ਨੂੰ ਭਰਨ ਦੇ ਲਈ ਹੁਣ ਜਿਹੜੀ ਜ਼ਿਲ੍ਹਾ ਪ੍ਰਸ਼ਾਸਨ ਦੀ ਗੱਲ ਕੀਤੀ ਜਾਵੇ ਆਮ ਲੋਕਾਂ ਦੀ ਗੱਲ ਕੀਤੀ ਜਾਵੇ ਲਗਾਤਾਰ ਇਸ ਬੰਨ ਨੂੰ ਭਰਨ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਕੁਝ ਨੌਜਵਾਨ ਵੀ ਜਿਹੜੇ ਹੈਗੇ ਨੇ ਉਹਨਾਂ ਨੇ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਇਹ ਭਾਜੀ ਦੱਸ ਦਿਓ ਜੀ ਕਿੱਡਾ ਲੰਮਾ ਪਾੜ ਹੈਗਾ ਸੀ ਇਹਦਾ ਕਿਹੜਾ ਏਰੀ ਇਹ 300 ਪੌ ਮੀਟਰ ਦਾ ਪਾੜ ਸੀਗਾ ਇਹ ਤਾਂ 60 ਫੁੱਟ 60 ਫੁੱਟ ਰਹਿ ਗਿਆ ਭਾਜੀ ਹੁਣ ਅਭਾ ਚਾਰ ਪੰਜ ਦਿਨ ਲੱਗਦਾ ਤੜ ਨਾਲ ਹੀ ਸੇਵਾ ਕਰਨਦੇ ਆ ਪਹਿਲਾਂ ਟੂਆ ਪੂਰਤਾ ਇਤੋਂ ਟਾਂਡੇ ਵਾਲਾ ਇਹ ਲਗਾਤਾਰ ਜਾਰੀ ਹੈ ਭਾਜੀ ਇਹ ਕਿੰਨੇ ਫੁੱਟ ਦਾ ਪਾੜ ਹੈਗਾ ਸੀ ਤਾਂ ਕਿੰਨਾ ਸਮਾਂ ਹੋਰ ਲੱਗੇਗਾ ਇਹਨੂੰ ਭਾਜੀ 2 ਦਿਨ ਹੋਰ ਲੱਗਣਗੇ ਇਹਨੂੰ ਇਹ 15 ਫੁੱਟ ਡੂੰਘਾ ਭਾਜੀ 15 ਤੋਂ 16 ਫੁੱਟ ਜਿਹੜੀ ਡੀਪਲੀ ਡੰਗਾਈ ਆ ਇਸ ਕਰਕੇ ਟਾਈਮ ਲੱਗਣ ਦੀ ਬਹੁਤ ਹੁਆਵਣਾ ਭਾਜੀ ਕਿਤਾ ਕਿਤਾ ਸਹਿਯੋਗ ਮਿਲਿਆ ਜ਼ਿਲ੍ਹਾ ਪ੍ਰਸ਼ਾਸਨ ਦੀ ਗੱਲ ਕੀਤੀ ਜਾਵੇ ਤੇ ਆਮ ਲੋਕਾਂ ਦੀ ਨੌਜਵਾਨਾਂ ਦੀ ਗੱਲ ਕੀਤੀ ਜਾਵੇ ਤੇ ਕਿੰਨਾ ਸਮਾਂ ਇਹਨੂੰ ਲੱ ਪੈਦਲ ਸਾਹਮਣੇ 60 ਫੁੱਟ ਬਾਕੀ ਰਹਿ ਗਿਆ ਇਹਨੂੰ ਤੇ ਵੀ 2 ਦਿਨ ਹੋਰ ਲੱਗਣਗੇ ਇਹਨੂੰ ਅਜੇ ਦਿਨ ਤਾਂ ਖਤਮ ਹੋ ਗਿਆ ਪੂਰਾ ਕਿੰਨੇ ਦਿਨ ਹੋ ਗਿਆ ਲੱਗਿਆ ਇਹਨੂੰ ਤੇ 2 ਦਿਨ ਪਿੱਛੇ ਲੱਗ ਗਿਓ ਪੂਰਦਿਆਂ ਬਿਲਕੁਲ ਨੌਜਵਾਨਾਂ ਦਾ ਜਜ਼ਬਾ ਤੁਸੀਂ ਵੇਖ ਸਕਦੇ ਹੋ ਕਿ ਲਗਾਤਾਰ ਵਾਹਿਗੁਰੂ ਦਾ ਜਿਹੜਾ ਜਾਪਵਾ ਉਹ ਕੀਤਾ ਜਾ ਰਿਹਾ ਤਾਂ ਇਸ ਬੰਨ ਨੂੰ ਪੂਰਨ ਦੀ ਜਿਹੜੀ ਕੋਸ਼ਿਸ਼ ਵਾ ਕੀਤੀ ਜਾ ਰਹੀ ਹੈ ਪਿਛਲੇ 3 ਦਿਨਾਂ ਤੋਂ ਇਸ ਬੰਨ ਨੂੰ ਜਿਹੜੀ ਪੂਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਲਾਂਕਿ ਦੱਸਿਆ ਜਾ ਰਿਹਾ ਕਿ 15 ਫੁੱਟ ਜਿਹੜੀ ਡੁੰਗਾਈ ਇਸ ਪਾਰ ਦੀ ਹੈਗੀ ਆ ਲੇਕਿਨ ਨੌਜਵਾਨਾਂ ਦੇ ਵਿੱਚ ਜਜ਼ਬਾ ਕਾਫੀ ਹੈਗਾ ਵਾ ਇਸ ਬੰਨ ਨੂੰ ਪੂਰਨ ਦੇ ਲਈ ਦੋਨੋਂ ਤਰਫ ਤੋਂ ਹੀ ਟੀਮਾਂ ਜਿਹੜੀਆਂ ਨੇ ਉਹ ਕੰਮ ਕਰ ਰਹੀਆਂ ਤੇ ਐਨਡੀਆਰਐਫ ਦੀ ਟੀਮ ਜ਼ਿਲ੍ਹਾ ਪ੍ਰਸ਼ਾਸਨ ਦੀ ਟੀਮ ਜਿਹੜੀ ਆ ਉਹ ਇੱਥੇ ਮੌਜੂਦ ਹੈਗੀ ਆ ਉਹਨਾਂ ਦੀ ਦੇਖਰੇਖ ਦੇ ਹੇ ਪਾਣੀ ਆ ਉਸ ਦੇ ਨਿਕਾਸ ਨੂੰ ਰੋਕਿਆ ਜਾ ਸਕੇ ਤਾਂ ਜੋ ਇਹ ਪਾਣੀ ਜਿਹੜਾ ਵਾ ਪਿੰਡਾਂ ਅੰਦਰ ਦਾਖਲ ਨਾ ਹੋਵੇ ਕੈਮਰਾ ਪਰਸਨ ਕਬੀਰ ਦੇ ਨਾਲ ਅਵਤਾਰ ਸਿੰਘ ਦੈਨਿਕ ਸਵਰਾ ਟੀਵੀ ਗੁਰਦਾਸਪੁਰ ਪਿਛਲੇ 3 ਦਿਨਾਂ ਤੋਂ ਜਗਤਪੁਰ ਟਾਂਡਾ ਤੁਸੀ ਬਨ ਵਿੱਚ ਪਏ ਵੱਡੇ ਪਾੜ ਨੂੰ ਭਰਨ ਦੇ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਆਮ ਜਿਹੜੇ ਨੌਜਵਾਨ ਨੇ ਸਮਾਜਿਕ ਸੰਸਥਾਵਾਂ ਦੇ ਨੌਜਵਾਨ ਨੇ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਨੇ ਤਾਂ ਜੋ ਇਸ ਬਨ ਨੂੰ ਪੂਰਿਆ ਜਾ ਸਕੇ ਕਿਉਂਕਿ ਇਸ ਬਨ ਦੇ ਜਰੀਏ ਹੀ ਜਿਹੜਾ ਪਾਣੀ ਆ ਉਹ ਲੋਕਾਂ ਦੇ ਪਿੰਡਾਂ ਦੇ ਅੰਦਰ ਦਾਖਲ ਹੋਇਆ ਸੀ 50 ਤੋਂ ਵੱਧ ਜਿਹੜੇ ਪਿੰਡ ਨੇ ਉਹ ਪ੍ਰਭਾਵਿਤ ਹੋ ਚੁੱਕੇ ਸੀ ਲੇਕਿਨ ਹੁਣ ਨੌਜਵਾਨਾਂ ਦੇ ਵੱਲੋਂ ਪਹਿਲ ਕਦਮੀ ਕਰਦੇ ਆ ਇਸ ਬਨ ਨੂੰ ਪੂਰਨ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਤਸਵੀਰਾਂ ਐਨਡੀਆਰਫ ਦੀ ਟੀਮ ਦੇ ਨਾਲ ਇਸ ਇਲਾਕੇ ਦਾ ਜਿਹੜਾ ਦੌਰਾ ਕਰ ਰਹੇ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜਾ ਡੂੰਘਾਈ ਦੀ ਗੱਲ ਕੀਤੀ ਜਾਵੇ ਤਾਂ ਇਸ ਡੂੰਘਾਈ ਦੇ ਵਿੱਚ ਜਿਹੜਾ ਪਾੜ ਹੈਗਾ ਵਾ 15 15 ਫੁੱਟ ਡੂੰਘਾ ਪਾੜ ਜਿਹੜਾ ਵਾ ਪੈ ਗਿਆ ਸੀ ਤੇ ਹੁਣ ਲਗਾਤਾਰ ਐਨਡੀਆਰਫ ਦੀਆਂ ਟੀਮਾਂ ਐਸਡੀਆਰਫ ਦੀਆਂ ਟੀਮਾਂ ਜਿਹੜੀਆਂ ਹੈਗੀਆਂ ਨੇ ਲਗਾਤਾਰ ਲੋਕਾਂ ਦਾ ਰੈਸਕਿਊ ਵੀ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਸਨ ਜਿਹੜੇ ਲੋਕ ਪਾਣੀ ਦੇ ਵਿੱਚ ਫਸੇ ਹੋਏ ਸਨ ਉਹਨਾਂ ਨੂੰ ਕੱਢਣ ਦੀ ਜਿਹੜੀ ਕੋਸ਼ਿਸ਼ ਵਾ ਉਹ ਕੀਤੀ ਜਾ ਰਹੀ ਹੈ ਤਾਂ ਹੁਣ ਫਿਲਹਾਲ ਪਾਣੀ ਨੂੰ ਰੋਕਣ ਦੇ ਲਈ ਕਿਉਂਕਿ ਬਿਆਸ ਦਰਾ ਦਾ ਪਾਣੀ ਜਿਹੜਾ ਸੀ ਲੋਕਾਂ ਦੇ ਪ ਪੂਰਨ ਦੀ ਜਿਹੜੀ ਕੋਸ਼ਿਸ਼ ਵਾ ਉਹ ਕੀਤੀ ਜਾ ਰਹੀ ਆ ਤਾਂ ਜੋ ਇਸ ਬੰਨ ਨੂੰ ਪੂਰਿਆ ਜਾਵੇ ਤਾਂ ਜਿਹੜੇ ਲੋਕਾਂ ਨੂੰ ਜਿਹੜੀ ਆ ਰਾਹਤ ਜਿਹੜੀ ਆ ਉਹ ਮਿਲ ਸਕੇ ਤੇ ਇਸ ਬੰਨ ਨੂੰ ਪੂਰਨ ਲਈ ਦੋਨੋਂ ਤਰਫ ਤੋਂ ਨੌਜਵਾਨਾਂ ਦੀਆਂ ਜਿਹੜੀਆਂ ਟੀਮਾਂ ਨੇ ਉਹ ਲੱਗੀਆਂ ਹੋਈਆਂ ਨੇ ਕਿਉਂਕਿ ਇਹ ਜਿਹੜਾ ਪਾੜ ਸੀਗਾ ਦੱਸਿਆ ਜਾ ਰਿਹਾ ਸੀਗਾ 3 ਫੁੱਟ ਦਾ ਪਾੜ ਜਿਹੜਾ ਸੀ ਇਸ ਵਿੱਚ ਪਿਆ ਗਿਆ ਸੀ ਤੇ ਇਸ ਨੂੰ ਭਰਨ ਦੇ ਲਈ ਹੁਣ ਜਿਹੜੀ ਜ਼ਿਲ੍ਹਾ ਪ੍ਰਸ਼ਾਸਨ ਦੀ ਗੱਲ ਕੀਤੀ ਜਾਵੇ ਆਮ ਲੋਕਾਂ ਦੀ ਗੱਲ ਕੀਤੀ ਜਾਵੇ ਲਗਾਤਾਰ ਇਸ ਬੰਨ ਨੂੰ ਭਰਨ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾ ਰਹੀ ਆ ਕੁਝ ਨੌਜਵਾਨ ਵੀ ਜਿਹੜੇ ਹੈਗੇ ਨੇ ਉਹਨਾਂ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਇਹ ਭ ਵੈਕੁਰੀ ਦਾ ਖਾਲਸਾ ਵੈਕੁਰੀ ਭਰੇਜੀ ਜਿਲ੍ਹਾ ਗੁਰਦਾਸਪੁਰੋ ਜਿੰਨ ਪਿੰਡ ਜਗਤਪੁਰ ਟਾਂਡਾ ਇਹ 100 ਇਹ 300 ਮੀਟਰ ਦਾ ਪਾੜ ਸੀਗਾ ਇਹ ਤੋਂ 60 ਫੁੱਟ 60 ਫੁੱਟ ਰਹਿ ਗਿਆ ਪਾਜੀ ਹੁਣ ਅਭਾ ਚਾਰ ਪੰਜ ਦਿਨ ਲੱਗਦਾ ਤੜ ਨਾਲ ਹੀ ਸੇਵਾ ਕਰਦੇ ਆ ਪਹਿਲਾਂ ਟੂਆ ਪੂਰਤਾ ਇਤੋਂ ਟਾਂਡੇ ਵਾਲਾ ਇਹ ਲਗਾਤਾਰ ਜਾਰੀ ਹੈ ਪਾਜੀ ਇਹ ਕਿੰਨੇ ਫੁੱਟ ਦਾ ਪਾੜ ਹੈਗਾ ਸੀ ਤਾਂ ਕਿੰਨਾ ਸਮਾਂ ਹੋਰ ਲੱਗੇਗਾ ਇਹਨੂੰ ਪਾਜੀ 2 ਦਿਨ ਹੋਰ ਲੱਗਣਗੇ ਇਹਨੂੰ ਇਹ 15 ਫੁੱਟ ਡੂੰਘਾ ਪਾਜੀ 15 ਤੋਂ 16 ਫੁੱਟ ਜਿਹੜੀ ਡੀਪਲੀ ਡੰਗਾਈ ਆ ਇਸ ਕਰਕੇ ਟਾਈਮ ਲੱਗਣ ਦੀ ਬਹੁਤ ਹਵਾਵਣਾ ਪਾਜੀ ਕਿਦਾ ਸਹਿਯੋਗ ਮਿਲਿਆ ਜ਼ਿਲ੍ਹਾ ਪ੍ਰਸ਼ਾਸਨ ਦੀ ਗੱਲ ਕੀਤੀ ਜਾਵੇ ਤੇ ਆਮ ਲੋਕਾਂ ਦੀ ਨੌਜਵਾਨਾਂ ਦੀ ਗੱਲ ਕੀਤੀ ਜਾਵੇ ਤੇ ਕਿੰਨਾ ਸਮਾਂ ਇਹਨੂੰ ਲੱਗ ਸਕਦਾ ਪਹਿਲਾਂ ਸਾਹਮਣੇ 60 ਫੁੱਟ ਬਾਕੀ ਰਹਿ ਗਿਆ ਇਹਨਾਂ ਨੂੰ ਵੀ 2 ਦਿਨ ਹੋਰ ਲੱਗਣਗੇ ਇਹਨੂੰ ਅੱਜ ਤਾਂ ਦਿਨ ਤਾਂ ਖਤਮ ਹੋ ਗਿਆ ਪੂਰਾ 3 ਦਿਨ ਹੋ ਗਿਆ ਲੱਗਿਆ ਇਹਨੂੰ ਤੇ 2 ਦਿਨ ਪਿੱਛੇ ਲੱਗ ਗਿਓ ਪੂਰਦਿਆਂ ਬਿਲਕੁਲ ਨੌਜਵਾਨਾਂ ਦਾ ਜਜ਼ਬਾ ਤੁਸੀਂ ਵੇਖ ਸਕਦੇ ਹੋ ਕਿ ਲਗਾਤਾਰ ਵਾਹਿਗੁਰੂ ਦਾ ਜੜਾ ਜਾਪ ਵਾ ਉਹ ਕੀਤਾ ਜਾ ਰਿਹਾ ਤਾਂ ਇਸ ਬਨ ਨੂੰ ਪੂਰਨ ਦੀ ਜਿਹੜੀ ਕੋਸ਼ਿਸ਼ ਵਾ ਕੀਤੀ ਜਾ ਰਹੀ ਹੈ ਪਿਛਲੇ 3 ਦਿਨਾਂ ਤੋਂ ਇਸ ਬਨ ਨੂੰ ਜਿਹੜੀ ਪੂਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਲਾਂਕਿ ਦੱਸਿਆ ਜਾ ਰਿਹਾ ਕਿ 15 ਫੋਟੋ ਜਿਹੜੀ ਡੂੰਘਾਈ ਇਸ ਪਾਰ ਦੀ ਹੈਗੀ ਆ ਲੇਕਿਨ ਨੌਜਵਾਨਾਂ ਦੇ ਵਿੱਚ ਜਜ਼ਬਾ ਕਾਫੀ ਹੈਗਾ ਵਾ ਇਸ ਬਨ ਨੂੰ ਪੂਰਨ ਦੇ ਲਈ ਦੋਨੋਂ ਤਰਫੋਂ ਹੀ ਟੀਮਾਂ ਜਿਹੜੀਆਂ ਨੇ ਉਹ ਕੰਮ ਕਰ ਰਹੀਆਂ ਤੇ ਐਨਡੀਆਰਐਫ ਦੀ ਟੀਮ ਜ਼ਿਲ੍ਹਾ ਪ੍ਰਸ਼ਾਸਨ ਦੀ ਟੀਮ ਜਿਹੜੀ ਆ ਉਹ ਇੱਥੇ ਮੌਜੂਦ ਹੈਗੀ ਆ ਉਹਨਾਂ ਦੀ ਦੇਖਰੇਖ ਦੇ ਹੇਠ ਇਸ ਪਾਣੀ ਆ ਉਸ ਦੇ ਨਿਕਾਸ ਨੂੰ ਰੋਕਿਆ ਜਾ ਸਕੇ ਤਾਂ ਜੋ ਇਹ ਪਾਣੀ ਜਿਹੜਾ ਵਾ ਪਿੰਡਾਂ ਅੰਦਰ ਦਾਖਲ ਨਾ ਹੋਵੇ ਕੈਮਰਾ ਪਰਸਨ ਕਬੀਰ ਦੇ ਨਾਲ ਅਵਤਾਰ ਸਿੰਘ ਡੈਨਿਕਸਵਰਾ ਟੀਵੀ ਗੁਰਦਾਸਪੁਰ